ਔਰ ਅਸੀਂ ਵੀ ਪੂਰਨ ਸਹਿਯੋਗ ਕੀਤਾ ਔਰ ਉਹ ਜਿਹੜੀ ਰਿਪੋਰਟ ਆ ਨੈਗੇਟਿਵ ਆਈ ਆ ਮੈਨੂੰ ਅਤੇ ਮੇਰੇ ਸਤਿਕਾਰਯੋਗ ਵੀਰ ਜੁਝਾਰ ਸਿੰਘ ਜੀ ਨਾਲ ਹੀ ਰਹਿੰਦੇ ਆ ਉਹ ਸਾਡੇ ਚੈੱਕਅਪ ਕੀਤੀ ਦੋਵਾਂ ਦੇ ਨੈਗੇਟਿਵ ਆਏ ਤੁਹਾਡੀ ਕਿਰਪਾ ਸੰਗਤਾਂ ਦੀਆਂ ਅਸੀਸਾਂ ਪਟਲਾਵੇ ਵਾਲੇ ਉਹਨਾਂ ਨਾਲ ਮੇਰੀ ਰੋਜ਼ ਗੱਲ ਹੁੰਦੀ ਆ ਰੋਜ਼ ਉਹਨਾਂ ਦੇ ਟੱਚ ਵਿੱਚ ਆ ਮੈਂ ਹੋਰ ਬੇਨਤੀ ਕਰਾਂ ਬਚ ਜਾਇਓ ਕਿੰਤੂ ਪਰੰਤੂ ਤੋਂ ਜ਼ਰੂਰ ਬਚਿਓ ਐਵੇਂ ਜਾਣੇ ਅਣਜਾਣੇ ਕਿਸੇ ਦੇ ਲਈ ਬੁਰਾ ਭਲਾ ਨਾ ਬੋਲਿਓ ਇਹ ਨਾ ਕਹੋ ਵੀ ਸਾਡੇ ਦੇਸ਼ ਦੇ ਡਾਕਟਰਾਂ ਨੂੰ ਮਾਰਾ ਕਿਰਪਾ ਕਰ ਦਵਾਈਆਂ ਬਣਾਉਣ ਦੇ ਲਈ ਤਕੜੀ ਕਿਰਪਾ ਵਰਤਾ ਦੇ ਮਾਰ ਸਾਰੇ ਜਹਾਨ ਦੇ ਅੰਦਰ ਸਾਰੀ ਸ੍ਰਿਸ਼ਟੀ ਦੇ ਅੰਦਰ ਕੀ ਕਹਿੰਦੇ ਆਪਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਿਆਰੇ ਖਾਲਸਾ ਜੀ ਗੁਰਮੁਖ ਪਿਆਰੇ ਵੀਰੋ ਜੋ ਇਹ ਚਾਰ ਚੁਫੇਰੇ ਚੱਲ ਰਿਹਾ ਤੁਹਾਨੂੰ ਸਭ ਨੂੰ ਪਤਾ ਸਭ ਸੁਚੇਤ ਹੋਵੋ ਔਰ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਧਰਮ ਸਦਾ ਹੀ ਜਿੱਤਦਾ ਰਿਹਾ ਭਗਤ ਸਦਾ ਹੀ ਜਿੱਤਦੇ ਰਹੇ ਆ ਹਰਦਾ ਕੌਣ ਆ ਨਿੰਦਕ ਹਰਦਾ ਕੌਣ ਆ ਨਾਸਤਕ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀ ਉਹ ਧੁਰ ਤੂੰ ਰੱਖਦਾ ਆ ਪ੍ਰਹਿਲਾਦ ਜਨ ਤੂੰ ਰੱਖ ਲਈਏ ਹਰ ਜੀ ਹਰਨਾਕਸ਼ ਮਾਰ ਪਹੁੰਚਾਇਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਹੋਲੇ ਮੁਹੱਲੇ ਦਾ ਜੋ ਮਹਾਨ ਸਮਾਗਮ ਹੋਇਆ ਵੇਖੋ 16 ਦਿਨ ਤੋਂ ਵੱਧ ਹੋ ਗਏ ਨੇ ਬੜੀ ਮਹਾਰਾਜ ਨੇ ਕਿਰਪਾ ਰੱਖੀ ਆ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਮਿਹਰਾਂ ਸਾਰੀ ਦਲਾਂ ਪੰਥਾਂ ਦੇ ਅੰਦਰ ਬੜੀ ਚੜ੍ਹਦੀ ਕਲਾ ਸਭ ਚੜ੍ਹਦੀ ਕਲਾ ਵਿੱਚ ਨੇ ਜਥੇਦਾਰ ਪੰਥ ਦੀਆਂ ਫੌਜਾਂ ਦਾਸ ਔਰ ਦਾਸ ਦਾ ਨਗਰ ਉਹ ਜੋ ਪਹਿਲਾਂ ਹੀ ਭਜਨ ਸਿੰਘ ਵਾਲਾ ਕੇਸ ਸੀ ਉਹ ਭਜਨ ਸਿੰਘ ਦੇ ਕੋਲ ਹੀ ਉਹਦਾ ਬੱਚਾ ਰਿਹਾ ਉਹਦੇ ਕਰਕੇ ਉਹਦਾ ਵੀ ਉਹਨਾਂ ਨੇ ਉਹ ਕੱਢਿਆ ਪੁਸਤੇ ਬਾਕੀ ਸਾਰਾ ਪਿੰਡ ਨੈਗੇਟਿਵ ਆ ਕਿਰਪਾ ਹੈ ਮਹਾਰਾਜ ਦੀ ਔਰ ਪ੍ਰਸ਼ਾਸਨ ਬਹੁਤ ਚੜ੍ਹਦੀ ਕਲਾ ਦੇ ਨਾਲ ਮੁਸ਼ਤੈਦੀ ਵਰਤਦਾ ਹੋਇਆ ਜ਼ਿਆਦਾ ਯਤਨ ਕਰ ਰਹੇ ਆ ਵੇਖੋ ਇਹ ਜੋ ਸਾਜੋ ਸਮਾਨ ਵਰਤ ਰਹੇ ਬਹੁਤ ਮਹਿੰਗਾ ਵੀਰੋ ਉਹ ਤੁਹਾਡੀ ਸਾਡੀ ਸਭ ਦੀ ਸੇਫਟੀ ਵਾਸਤੇ ਔਰ ਅਸੀਂ ਵੀ ਪੂਰਨ ਸਹਿਯੋਗ ਕੀਤਾ ਔਰ ਉਹ ਜਿਹੜੀ ਰਿਪੋਰਟ ਆ ਨੈਗੇਟਿਵ ਆਈ ਆ ਮੈਨੂੰ ਅਤੇ ਮੇਰੇ ਸਤਿਕਾਰਯੋਗ ਵੀਰ ਜੁਝਾਰ ਸਿੰਘ ਜੀ ਨਾਲ ਹੀ ਰਹਿੰਦੇ ਆ ਉਹ ਸਾਡੇ ਚੈੱਕਅਪ ਕੀਤੀ ਦੋਵਾਂ ਦੇ ਨੈਗੇਟਿਵ ਆਏ ਤੁਹਾਡੀ ਕਿਰਪਾ ਸੰਗਤਾਂ ਦੀਆਂ ਅਸੀਸਾਂ ਪਰ ਮੈਂ ਇੱਕ ਅਰਦਾਸ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖ ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵੇ ਵਾਲੇ ਉਹਨਾਂ ਨਾਲ ਮੇਰੀ ਰੋਜ਼ ਗੱਲ ਹੁੰਦੀ ਆ ਰੋਜ਼ ਉਹਨਾਂ ਦੇ ਟੱਚ ਵਿੱਚ ਆ ਔਰ ਸੰਗਤ ਜੀ ਅਤਿ ਸਤਿਕਾਰਯੋਗ ਗੁਰਮੁਖ ਪਿਆਰੇ ਬਾਬਾ ਜੀ ਉਹ ਪੂਰਨ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਪ੍ਰਸ਼ਾਸਨ ਉਹਨਾਂ ਦੇ ਨਾਲ ਵੀ ਸਹਿਯੋਗ ਕਰ ਰਿਹਾ ਔਰ ਮੈਂ ਬੇਨਤੀ ਕਰਾਂ ਅੱਜ ਸਮਾਂ ਹੀ ਐਸਾ ਕਿਹਦਾ ਮਨ ਕਰਦਾ ਵੀ 24 ਘੰਟੇ ਉਹ ਸੜਕਾਂ 'ਤੇ ਰਹੇ ਜਦਕਿ ਸਾਰਿਆਂ ਨੂੰ ਆਖਿਆ ਜਾਂਦਾ ਵੀ ਘਰ 'ਚ ਰਹੋ ਉਹਨਾਂ ਵੀਰਾਂ ਦਾ ਵੀ ਸਹਿਯੋਗ ਕਰੀਏ ਪਰ ਵੀਰਾਂ ਨੂੰ ਵੀ ਬੇਨਤੀ ਵੀਰੋ ਕਿਸੇ ਦਾ ਕੋਈ ਐਸਾ ਨਾ ਹੋ ਜਾਏ ਵੀ ਆਪਾਂ ਨੁਕਸਾਨ ਕਰ ਦਈਏ ਆਪ ਜੀ ਨੂੰ ਵੀ ਸਨੇਮਰ ਬੇਨਤੀ ਆ ਵੀ ਉਹ ਕੋਈ ਬਹੁਤ ਜ਼ਰੂਰੀ ਕੰਮ ਕਾਜ ਵਾਸਤੇ ਜਾਂਦਾ ਜਿਵੇਂ ਉਹ ਕਿਹਾ ਵੀ ਗਿਆ ਜੋ ਦਿਸ਼ਾ ਨਿਰਦੇਸ਼ ਨੇ ਉਹਨਾਂ ਨੂੰ ਨਾ ਤੰਗ ਕੀਤਾ ਜਾਵੇ ਮੈਂ ਫਿਰ ਸਮੁੱਚੀਆਂ ਨਿਹੰਗ ਸਿੰਘ ਫੌਜਾਂ ਲਾਡਲੀਆਂ ਫੌਜਾਂ ਅਨੰਦਪੁਰ ਸਾਹਿਬ ਉੱਥੇ ਸਾਡੇ ਪੱਤਰਕਾਰ ਵੀਰ ਨੇ ਤਲਵਿੰਦਰ ਸਿੰਘ ਜੀ ਬੁੱਟਰ ਉਹਨਾਂ ਨਾਲ ਮੇਰਾ ਅੱਜ ਹੀ ਟੈਲੀਫੋਨ 'ਤੇ ਵਚਨ ਹੋਇਆ ਉਹ ਕਹਿੰਦੇ ਇੱਥੇ ਚੜ੍ਹਦੀ ਕਲਾ ਅਨੰਦਪੁਰ ਸਾਹਿਬ ਮਹਾਰਾਜ ਦੀ ਮਿਹਰ ਆ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਅੱਜ ਸਮਾਂ ਵੀਰੋ ਸਮਾਂ ਬਾਣੀ ਪੜ੍ਹੋ ਸੇਵਾ ਕਰੋ ਸਿਮਰਨ ਕਰੋ ਅੰਮ੍ਰਿਤ ਵੇਲੇ ਬਹਿ ਜਾਓ ਨਿਤਨੇਮ ਕਰੋ ਬੇਸ਼ੱਕ ਦੂਰੀ ਬਣਾ ਕੇ ਬੈਠੋ ਜ਼ਰੂਰੀ ਥੋੜ੍ਹੀ ਪਿਆ ਇੱਕ ਦੂਜੇ ਦੇ ਨਜ਼ਦੀਕ ਬਹਿਣਾ ਕਲਯੁੱਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਮੁੜ ਮੁੜ ਕੇ ਜਪੀ ਚੱਲੋ ਮਹਾਰਾਜ ਕੱਟ ਦਿਓ ਰੋਗ ਜਾਗਤ ਜਲੰਦਾ ਰੱਖ ਲੈ ਮਹਾਰਾਜ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਭਰੈ ਤਿੱਤੈ ਲੈ ਹੋ ਵਾਰ ਵੇਖੋ ਕਈ ਮੁਲਕ ਨਾਸਤਕ ਸਨ ਚੀਨ ਦਾ ਵੀ ਲਾ ਲਓ ਬੇਸ਼ੱਕ ਇਟਲੀ ਦੇ ਅੰਦਰ ਵੀ ਇਟਲੀ ਵਾਲੇ ਵੀਰੋ ਆਪਣਾ ਧਿਆਨ ਰੱਖਿਓ ਚੜ੍ਹਦੀ ਕਲਾ ਵਿੱਚ ਰਿਹੋ ਇਟਲੀ ਵਾਲੇ ਵੀਰਾਂ ਨੇ ਬੜੇ ਤਗੜੇ ਮਾਰ ਕੇ ਮਾਰੇ ਆ ਉਹਨਾਂ ਸਾਡੇ ਭਰਾਵਾਂ ਨੇ ਬੜਾ ਡਟ ਕੇ ਗੁਰਸਿੱਖੀ ਦੇ ਲਈ ਇਟਲੀ ਨੂੰ ਇੱਕ ਵੱਡਾ ਕੇਂਦਰ ਬਣਾ ਕੇ ਰੱਖ ਦਿੱਤਾ ਸਾਰੇ ਇਟਲੀ ਨਿਵਾਸੀਆਂ ਦੀ ਚੜ੍ਹਦੀ ਕਲਾ ਰਵੇ ਇਹਦੇ ਲਈ ਵੀ ਅਰਦਾਸ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੈ ਤਿੱਤੈ ਲੈ ਹੋ ਕੁਵਾਰ ਇੰਨੀ ਬੇਨਤੀ ਅੱਜ ਪ੍ਰਵਾਨ ਕਰਿਓ ਦਾਸ ਸੰਪੂਰਨ ਚੜ੍ਹਦੀ ਕਲਾ 'ਚ ਸਾਰਾ ਪਰਿਵਾਰ ਚੜ੍ਹਦੀ ਕਲਾ 'ਚ ਨਗਰ ਮੈਂ ਟੱਚ ਦੇ ਵਿੱਚ ਆਣ ਆਪਣੇ ਨਗਰ ਦੇ ਚੜ੍ਹਦੀ ਕਲਾ ਪਰ ਬੇਨਤੀ ਕਰਾਂ
ਜਿੱਥੇ ਜਿੱਥੇ ਵੀ ਉਹ ਘਰਾਂ ਵਿੱਚ ਰਹੋ, ਟਿਕ ਕੇ ਰਹੋ, ਬਾਣੀ ਪੜ੍ਹੋ। ਹਾਂ, ਕਿਸੇ ਨੂੰ ਰੋਜ਼ਮਰਾ ਜੋ ਸਾਜ਼ੋ ਸਮਾਨ ਚਾਹੀਦਾ ਉਹ ਪ੍ਰਸ਼ਾਸਨ ਜਾਂ ਆਪ ਪਹੁੰਚਦਾ ਕਰੇ, ਤੇ ਜਾਂ ਫਿਰ ਉਹਨਾਂ ਨੂੰ ਦੁਕਾਨਾਂ ਤੱਕ ਜਾਣ ਦਿੱਤਾ ਜਾਵੇ। ਬੇਸ਼ੱਕ ਇੱਕ ਦੋ ਜਣੇ ਕਰਕੇ ਚਲੇ ਜਾਣ, ਉਹ ਲੈਣ ਦਿੱਤਾ ਜਾਵੇ। ਇਹ ਮੇਰੀ ਬੇਨਤੀ ਆ। ਇਸ ਵੇਲੇ ਸਮਾਂ ਬੇਸ਼ੱਕ ਭਿਆਨਕ ਆ, ਪਰ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਨੇ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਏ ਘਰ ਨਾਉਣੇ ਦਿਆਵੇ ਧਾਏ, ਸਭ ਥਾਈ ਹੋਏ ਸਹਾਈ। ਔਰ ਇੱਕ ਮੈਂ ਹੋਰ ਬੇਨਤੀ ਕਰਾਂ, ਬਚ ਜਾਇਓ ਕਿੰਤੂ ਪ੍ਰੰਤੂ ਤੋਂ ਜ਼ਰੂਰ ਬਚੋ। ਐਵੇਂ ਜਾਣੇ ਅਣਜਾਣੇ ਕਿਸੇ ਦੇ ਲਈ ਬੁਰਾ ਭਲਾ ਨਾ ਬੋਲਿਓ। ਉਹ ਜਾਣ ਵਾਲੇ ਤਾਂ ਚਲੇ ਗਏ ਜਿਹੜੇ ਗਏ ਆ, ਆਪ ਜੀ ਇਸ਼ਾਰਾ ਹੀ ਸਮਝੋ। ਇਹ ਨਾ ਹੋਵੇ ਉਹ ਉਹਨਾਂ ਲੋਕਾਂ ਦੇ ਵਾਂਗੂ ਸਾਨੂੰ ਵੀ ਇਹ ਨਿੰਦਿਆ ਚੁਗਲੀ ਕਰਕੇ ਜਾਣਾ ਹੀ ਪੈ ਜਾਏ, ਗਾਂ ਆਪਣੇ ਪਰਿਵਾਰ ਨੂੰ ਵੀ ਅਸੀਂ ਨਰਕਾਂ ਦੀ ਅੱਗ ਦੇ ਵਿੱਚ ਧੱਕ ਦਈਏ। ਬਚ ਜਾਓ ਵੀਰੋ, ਪ੍ਰੇਮ ਕਰੋ, ਸੇਵਾ ਕਰੋ, ਸਿਮਰਨ ਕਰੋ, ਸਰਬੱਤ ਦਾ ਭਲਾ ਮੰਗੋ, ਸਰਬੱਤ ਦਾ। ਇਕੱਲਾ ਆਪਣਾ ਹੀ ਨਹੀਂ, ਇਹ ਨਾ ਕਹੋ ਵੀ ਸਾਡੇ ਦੇਸ਼ ਦੇ ਡਾਕਟਰਾਂ ਨੂੰ ਵੀ ਮਹਾਰਾਜ ਕਿਰਪਾ ਕਰ ਦਵਾਈਆਂ ਬਣਾਉਣ ਦੇ ਲਈ ਤਕੜੀ ਕਿਰਪਾ ਵਰਤਾ ਦੇ। ਮਹਾਰਾਜ ਸਾਰੇ ਜਹਾਨ ਦੇ ਅੰਦਰ, ਸਾਰੀ ਸ੍ਰਿਸ਼ਟੀ ਦੇ ਅੰਦਰ ਕੀ ਕਹਿੰਦੇ ਆਪਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾ ਭੇਟਣ ਪਾਵੇ। ਔਰ ਕੀ ਬਾਤ ਕਹਾਂ ਕਹਿ ਤੋਸੋ ਬਚਾਵੇ ਧਨਾ ਸ੍ਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲਿਆ, ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾਓ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਏ, ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਧੰਨ ਗੁਰੂ ਨਾਨਕ ਸਾਹਿਬ ਜੀ ਸਹਾਇ ਕੋਲ ਦਾ ਬੇੜਾ ਬੰਨੇ ਲਾਇਆ, ਕੀ ਗੱਟਾ ਮੋਹ ਗੱਟਾ ਬਿਰ ਬਿਰ ਤੱਕੇ ਬੋਲ ਨਾ ਸਕੇ, ਜਾਂ ਬੋਲੇ ਸ੍ਰੀ ਹਰਿ ਰਾਇ ਕੇ ਤੱਕੇ, ਹੋ ਬਾਂ ਕੇ ਮੇਰੇ ਮੁਖ ਮੈਂ ਲਈਓ, ਖੌਫ ਨਾ ਆਵੇ ਕਿਸੇ ਕੋ ਕਈਓ, ਥਕਤ ਨਾ ਹੋਵੇ ਰਸਤੇ ਮਾਈ, ਸ੍ਰੀ ਵਾਹਿਗੁਰੂ ਜੀ ਵਿਸਰੇ ਨਾਹੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ ਫਿਰ ਨ ਮਿਟੈ ਨਿਤ ਨੀਤ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਭ ਦਾ ਧੰਨਵਾਦ, ਜਿੰਨੇ ਵੀਰ ਜੁੜੇ ਹੋ ਮੈਂ ਬਹੁਤ ਧੰਨਵਾਦ ਕਰਦਾ। ਗੁਰੂ ਰਾਖਾ, ਗੁਰੂ ਰਾਖਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।